ਹੈਲੋ ਜੀ ਲੋ ਅੱਜ ਨਵੀਂ ਮਸ਼ੀਨ ਆਈ ਹੈ ਮੈਕ ਸਟੂਡੀਓ ਇਹਦੀ ਲੱਗਿਆ ਓਪਨਿੰਗ ਕਰਨ ਭਾਈ ਸਾਹਿਬ ਭਾਈ ਗੌਰਵ ਕੇ ਮਹਿਰਾ ਜੀ ਐਂਡ ਫੈਮਿਲੀ ਲਓ ਜੀ ਨਵੀਂ ਮਸ਼ੀਨ ਆ ਗਈ ਹੈ ਪਾਰਟੀ ਹੋ ਗਈ ਗੌਰਵ ਜੀ ਕਰਨੀ ਹੋ ਗਈ ਜਿਹਨੇ ਜਿਹਨੇ ਵੀ ਲੈਣੀ ਸਟੂਡੀਓ ਆ ਜਾਓ ਵਾਹ ਜੀ ਵਾਹ ਦਿਖਾਓ ਦਿਖਾਓ ਕੀ ਆ ਇਹਦੇ ਚ ਨਿਕਲ ਆਇਆ ਜੀ ਸੌਦਾ ਵਿੱਚੋਂ ਦੇਖੋ ਕੀ ਨਿਕਲਿਆ ਵਾ It's Mac Studio. Mac Studio with 64 GB RAM and 1 terabyte storage flash drive. And ta-da, ta-da, ta-da. New device. ਲੋ ਦੇਖਦੇ ਆ ਵਿੱਚੋਂ ਨਿਕਲਿਆ ਕੀ ਕੀ ਆਉਣ ਦੇ ਨਾ ਇੱਕ ਤਾਂ ਇਹ ਮਸ਼ੀਨ ਹੋਰ ਕੀ ਇਹਦੇ ਚ ਪੁੱਛਿਆ ਗਾ ਡੱਬੇ ਜੋੜ ਐਸ ਜੀ ਪਾਵਰ ਕੇਬਲ ਹੈ ਦਿਖਾਇਆ ਦਿਖਾਇਆ ਪਾਵਰ ਕੇਬਲ ਖੋਲਿਆ ਵਾ ਲੈ ਵੱਡਾ ਪਲੱਗ ਹੈ ਲਾਊਗਾ ਕੌਣ ਇਹਨੂੰ ਇਹ ਤਾਂ ਬੜਾ ਮੋਟਰ ਚਲਾਉਣੀ ਦੱਸੋ ਕੇਬਲ ਚੇਂਜ ਕਰਨੀ ਪੈਣੀ ਆ ਜਾਂ ਨਵਾਂ ਅਡਾਪਟਰ ਲੈਣਾ ਪੈਣਾ ਮੋਟੇ ਪਲੱਗ ਵਾਲਾ ਕਿਸੇ ਵੀ ਲੀਟਰ ਕੋਲ ਮੇਰੇ ਖਿਆਲ ਹੁੰਦਾ ਨਹੀਂ ਐਦਾਂ ਹੀ ਆਣਾ ਐਦਾਂ ਹੀ ਆ ਸੌਦਾ ਐਦਾਂ ਹੀ ਵਾਹ ਜੀ ਵਾਹ ਜੀ ਵਾਹ ਜੀ ਵਾਹ ਬੋਲੇ ਸੋਨਿਆ ਸਤਿ ਸ੍ਰੀ ਅਕਾਲ ਅਮਨ ਭਾਜੀ ਆਓ ਤੁਸੀਂ ਬਣਾਓ ਵੀਡੀਓ ਹੁਣ ਮੈਂ ਆਣਾ ਉਧਰ ਬੋਲ ਦੇਖਣਾ ਖੋਲ ਕੇ ਨਿਕਲਿਆ ਕੀ ਕੀ ਵਿੱਚੋਂ ਮਸ਼ੀਨ ਤਾਂ ਚੰਗੀ ਲੱਗ ਰਹੀ ਹੈ ਨਾ ਮੈਕ ਵੀ ਨਾਲੋਂ ਵੱਡੀ ਹੈਵੀ ਲੱਗ ਰਹੀ ਫਰੰਟ ਤੇ ਐਸਟੀ ਕਾਰਡ ਵੀ ਹੈਗਾ ਦੋ ਫਰੰਟ ਟਾਈਪ ਸੀ ਯੂਐਸਬੀ 10 ਜੀਬੀ ਸਪੀਡ ਵਾਲੇ ਵੀ ਹੈਗੇ ਆ ਪਿੱਛੇ ਚਾਰ ਹੈ ਪਿੱਛੇ ਚਾਰ ਥੰਡਰਬੋਲਟ ਨੇ ਦੋ ਯੂਐਸਬੀ ਚਲੋ ਲਗਾ ਕੇ ਦੇਖਦੇ ਹਾਂ ਕੀ ਕੁਛ ਕਰਦੀ ਹੈ ਮਸ਼ੀਨ ਲਗਾਈਏ ਚਲੋ ਜੀ ਜਿਹੜੀ ਪਾਵਰ ਕੇਬਲ ਇਹਨਾਂ ਨੇ ਦਿੱਤੀ ਉਹ ਤਾਂ ਲੱਗੀ ਨਹੀਂ ਨਾ ਦਿਖਾਈ ਆਪਣੇ ਕੋਲ ਕਿਹੜੀ ਲਾ ਰਹੇ ਆਪਾਂ ਅਸੀਂ ਆਪਣੇ ਕੋਲ ਹੀ ਲਾ ਰਹੇ ਹਾਂ ਮੇਰੇ ਛੋਟੀ ਦੇਖਦੇ ਹਾਂ ਲਾ ਕੇ ਕੀ ਕਹਿੰਦੀ ਉਹ ਤਾਂ ਮੋਟੀ ਬਹੁਤ ਕੇਬਲ ਹੈ ਚੱਲਣਾ ਹੀ ਨਹੀਂ ਸੌਦਾ ਅੱਜ ਤੇ ਐਕਸਾਈਟਮੈਂਟ ਦੇਖੋ ਐਕਸਾਈਟਮੈਂਟ ਹੀ ਬਹੁਤ ਹੈ ਬੰਦਿਆਂ ਨੂੰ ਬਾਈ ਨਵੀਂ ਮਸ਼ੀਨ ਦੀ ਅੱਜ ਜਾ ਕੇ ਪਟਾਕੇ ਬਣੇ ਆ ਕਰਤੀ ਹੁਣ ਬਾਈ ਲਓ ਜੀ ਬੱਤੀ ਜਾਗੀਏ 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 ਵੀਡੀਓ ਨਹੀਂ ਆਇਆ ਬਾਈ ਆ ਗਿਆ ਲਓ ਜੀ ਕਰੋ ਜੀ ਹੈਲੋ ਹੈਲੋ ਵੈਲਕਮ ਵਣਕਮ ਚਲੋ ਜੀ ਹੁਣ ਇਹਨੂੰ ਔਨ ਕਰਕੇ ਸੋਫਟਵੇਅਰ ਸੁਫਟਵੇਅਰ ਪਾ ਕੇ ਫਿਰ ਤੁਹਾਨੂੰ ਦੱਸਦੇ ਹਾਂ ਕਿ ਕੀ ਗੱਲਬਾਤ ਕਰਦੀ ਆ ਭੁੱਖ ਬੜੀ ਲੱਗੀ ਆ ਵੇਟ ਕਰ ਕਰਕੇ ਢਿੱਡ ਦੇਖੋ ਕਿੰਨਾ ਪਤਲਾ ਹੋਇਆ ਵਿਚਾਰੇ ਦਾ ਹੋਰ ਅੰਦਰ ਕਰ ਲੈ ਬਾਬਾ ਰਾਮ ਦੇ ਮਸ਼ੀਨ ਤਿਆਰ ਹੋਣ ਵਾਲੀ ਹੈ ਮੈਂ ਤਾਂ ਬਹੁਤ ਕੁਝ ਖਾਦਾ ਪਿਆ ਮੇਰੇ ਨਾਲ ਤਾਂ 2 ਘੰਟੇ ਲਾਓ ਸ਼ਾਮ ਨੂੰ ਭੇਜੋ ਦੱਸੋ ਜੀ ਤੁਸੀਂ ਵਿਚਾਰ ਆ ਗਏ ਅਸੀਂ ਵੇਟ ਕਰ ਸਕਦੇ ਹਾਂ ਜੀ ਆ ਮਸ਼ੀਨ ਨਵੀਂ ਮਿਲਣੀ ਵੇਟ ਕਰ ਸਕਦੇ ਇੱਧਰ ਭਾਈ ਸਾਹਿਬ ਸੁਣੋ ਕੀ ਕਹਿੰਦੇ ਆ ਅਜੀ ਵੇਟ ਕਰਾਂਗੇ ਕੋਈ ਗੱਲ ਨਹੀਂ 5 ਮਿੰਟ ਦੀ ਗੱਲ ਹੈ ਹਾਂ ਜੀ 2 ਹੀ ਰਹਿ ਗਏ ਬਹੁਤ ਮਿੰਟ ਬਰੋ ਬਹੁਤ ਮਿੰਟ ਬਹੁਤ ਮਿੰਟ ਰਹਿ ਗਿਆ ਬਹੁਤ ਮਿੰਟ ਅਮਨ ਭਾਈ ਨੇ ਬੜਾ ਚਾਹ ਚੜਾ ਅੱਜ ਜੀ ਨਵੀਂ ਮਸ਼ੀਨ ਤੇ ਸੌਫਟਵੇਅਰ ਪਾ ਕੇ ਚੈੱਕ ਕਰਨੀ ਆ ਹਾਂ ਜੀ ਟੈਸਟਿੰਗ ਕਰਨੀ ਹੈ ਟੈਸਟਿੰਗ ਕਰਨੀ ਹੈ ਹਾਂ ਜੀ ਟੈਸਟਿੰਗ ਕੀਤੀ ਨਹੀਂ ਉਹ ਵੀ ਥੋੜੀ ਬਤੀ ਰਹੀ ਥੋੜੀ ਆ 64 ਜੀਬੀ RAM ਵਾਲਾ ਮਾਡਲ ਨਹੀਂ ਕੀਤਾ ਨਾ ਜੀ ਸਾਨੂੰ 32 ਜੀਬੀ ਵਾਲਾ ਕੀਤਾ ਤੇ ਇੱਕ ਹੋਰ ਕਿਹੜਾ ਕੀਤਾ ਸੀ 3.5-4 ਲੱਖ ਦਾ ਕੀਤਾ ਕੀਤਾ ਇੱਕ ਕੀਤਾ ਵੱਡੇ ਟਾਪ ਮਾਡਲ ਵੀ ਕੀਤਾ ਅਲਟਰਾ ਵਾਲਾ ਵੀ ਪਰ ਉਧਰ ਬੰਦੇ ਨੂੰ ਜਲਦੀ ਬਹੁਤ ਸੀ ਅਸੀਂ ਟੈਸਟਿੰਗ ਮਾਡਲ ਨਹੀਂ ਕਰ ਸਕੇ ਅੱਜ ਇਹਦਾ ਪੂਰਾ ਆਪਰੇਸ਼ਨ ਕਰਕੇ ਦੇਖਦੇ ਹਾਂ ਕੀ ਕਹਿੰਦੀ ਹੈ ਇਹ ਮਸ਼ੀਨ ਲਓ ਜੀ ਲੈਸ ਦੈਨ ਮਿੰਟ ਰਹਿ ਗਿਆ ਹੁਣ ਤਾਂ ਅਬਾਊਟ ਵੀ ਨਹੀਂ ਰਹਿ ਗਿਆ 1, 2, 3, 4, 5, 6, 7, 8, 9, 10 ਭੁੱਖ ਹੀ ਬਹੁਤ ਲੱਗੀ ਗੌਰਵ ਨੂੰ ਬਾਈ ਭੁੱਖ ਲੱਗਣੀ ਹੈ ਬਾਈ 2 ਵੱਜ ਗਏ
ਢਾਈ ਵੱਜ ਗਏ ਤੇ ਹਜੇ ਭਾਈ ਸਾਹਿਬ ਨੇ ਨਾਸ਼ਤਾ ਵੀ ਨਹੀਂ ਕੀਤਾ ਮੈਨੂੰ ਲੱਗਦਾ ਪਨੀਰ ਭੁਰਜੀ ਬਣੀ ਨਾਲ ਕਟਲ ਨਾਲ ਕਟਲ ਨਾਲ ਹੋਰ ਤਾਂ ਨਹੀਂ ਕੁਛ ਨਹੀਂ ਬਸ ਦਹੀਂ ਹੈ ਨਾਲ ਦੁੱਧ ਦਾ ਚਾਹ ਆ ਦੁੱਧ ਚਾਹ ਹੋਣ ਦੀ ਤੈਨੂੰ ਪਤਾ ਵੀ ਵੀਡੀਓ ਘਰ ਵਾਲੀ ਨੇ ਵੀ ਦੇਖਣਾ ਦੁੱਧ ਚਾਹ ਨਾਲ ਹੀ ਸਾਰੀ ਜਾਂਦਾ ਹੁਣ ਫਾਈਨਲੀ ਮਸ਼ੀਨ ਹੋ ਗਈ ਰੈਡੀ ਪਾਓ ਜੀ ਪਾਸਵਰਡ ਮਸ਼ੀਨ ਕਹਿੰਦੀ ਹੈ ਜੀ M1 Max 64 GB ਰੈਮ ਲੇਟੈਸਟ OS ਹੋ ਗਿਆ ਜੀ 12.4 ਅਤੇ ਮੈਕਇੰਟੋਸ਼ ਹਾਰਡ ਡਿਸਕ ਨਹੀਂ ਹੈ ਜੀ 1 TB SSD ਇੱਕ ਵਾਰੀ ਸਿਸਟਮ ਰਿਪੋਰਟ 'ਤੇ ਵੀ ਕਲਿੱਕ ਕਰੋ ਕੀ ਆਇਆ ਜੀ 10 ਕਰੋੜ ਦੀ ਮਸ਼ੀਨ 64 GB ਰੈਮ ਗ੍ਰਾਫਿਕਸ ਕਾਰਡ 'ਤੇ ਵੀ ਕਲਿੱਕ ਕਰੋ ਜੀ ਗ੍ਰਾਫਿਕਸ ਐਂਡ ਡਿਸਪਲੇ ਲੋ ਨੰਬਰ ਆਫ ਕੋਰ 24 ਹੋ ਗਏ ਜੀ ਇਹਦੇ ਕਹਿੰਦੇ 24 ਕੋਰ ਹਾਂਜੀ 4 ਕੋਰ ਦਾ ਜੀ ਪੀ ਯੂ ਲੋ ਜੀ ਆਪਣੀ ਡਿਸਕ ਦੀ ਸਪੀਡ ਦੇਖਣੀ ਹੈ ਬੁੱਕ ਕਰੀ ਹੋਈ 5000 ਹੈ ਜੀ ਓਹੋ ਵਾਹਿਗੁਰੂ ਵਾਹਿਗੁਰੂ ਹਾਂਜੀ ਭਾਅ ਜੀ ਲੋ ਜੀ ਬੜੀਆ ਦੇਖ ਲਓ ਇਹਦੀ ਆਹ ਸਪੀਡ ਆਉਂਦੀ ਹੈ ਡਿਸਕ ਦੀ ਹਾਂਜੀ ਤੁਸੀਂ ਵੀ ਆਪਣੀ ਆਪਣੀ ਡਿਸਕਾਂ ਦੀ ਸਪੀਡ ਚੈੱਕ ਕਰ ਲਓ ਡਿਸਕ ਸਪੀਡ ਟੈਸਟ ਸੋਫਟਵੇਅਰ ਦੇ ਨਾਲ ਅਤੇ ਫਿਰ ਮੈਨੂੰ ਇਸ ਵੀਡੀਓ ਦੇ ਕਮੈਂਟ 'ਚ ਪਾ ਕੇ ਦੱਸੋ ਵੀ ਤੁਹਾਡੇ ਵਾਲੀ ਦੀ ਸਪੀਡ ਕਿੰਨੀ ਆਉਂਦੀ ਹੈ ਬਿਲਕੁਲ।